नमस्कार, आप देख रहे हैं सिटी हलचल। मैं संजना चोपड़ा। शुरू करते हैं आज की खबरों का सिलसिला। नाल ही टैंकर सेक्शन दे मेरे ड्राइवर वीर, मेरे कंडक्टर वीर, मेरे मालक वीर, आप सारिआं दी चढ़दी कला लई अरदास करदे हां। नानक नाम चढ़दी कला तेरे भाणे, सरबत दा भला। आप जी ने रल मिल के अपनिया किरत कमाइया नूं सफल कीता, जिथे गुरु की बाणी दे ओट आसरे लए, नाल गुरु दे लंगर आप जी तुट वरता रहे हो। उहदे नाल नाल आप जी ने आ ढाडी जथे नूं माण सत बख्शण, फिर कदे समा मिलिया आप संगत दे नाल नवें इतिहास दी जरूर साथ पावांगे। ढाहां वाले जथे दी ਇਥੋਂ ਤੱਕ ਦੀ ਹਾਜ਼ਰੀ ਪ੍ਰਵਾਨ ਕਰੋ। ਮੇਰੇ ਬਿਲਕੁਲ ਨਾਲ ਖੜੇ ਨੇ ਮੇਰੇ ਬਹੁਤ ਹੀ ਭੋਜੀ ਮਾਜਰਾ, ਤੇ ਦੂਜੇ ਬੰਨੇ ਢੱਡ ਤੇ ਸਾਥ ਦੇ ਰਹੇ ਨੇ ਇਹਨਾਂ ਦੇ ਛੋਟੇ ਭਰਾ ਭਾਈ ਸੰਦੀਪ ਸਿੰਘ ਜੀ ਭੋਜੀ ਮਾਜਰਾ, ਸਾਡੇ ਸਰੰਗੀ ਮਾਸਟਰ, ਬਹੁਤ ਹੀ ਸਤਿਕਾਰਯੋਗ ਵੀਰ ਗੁਰਦੀਪ ਸਿੰਘ ਜੀ ਗੋਲਡੀ, ਜਿਨ੍ਹਾਂ ਨੇ ਆਪ ਜੀ ਨੂੰ ਸਰੰਗੀ ਦੀਆਂ ਧੁਨਾਂ ਦੇ ਨਾਲ ਨਿਹਾਲ ਕੀਤਾ। ਆਪ ਪ੍ਰਵਾਨ ਕਰਨੀ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹੁਣ ਸਲੋਕ ਪੜਿਆ ਜਾਵੇਗਾ, ਉਸ ਤੋਂ ਬਾਅਦ ਸਮਾਪਤੀ ਦੀ ਅਰਦਾਸ ਗਿਆਨੀ ਜੀ ਕਰਨਗੇ। ਸਾਡੀ ਇੱਥੋਂ ਤੱਕ ਦੀ ਹਾਜ਼ਰੀ ਪ੍ਰਵਾਨ ਕਰਦੇ ਆ ਆਪ ਜੀ ਸਤਿਗੁਰੂ ਜੀ ਮਿਹਰ ਭਰਿਆ ਹੱਥ ਸਮੁੱਚੀ ਕਾਇਨਾਤ ਦੇ ਸਿਰ ਤੇ ਹਮੇਸ਼ਾ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਦੋਸਤੋ, ਆਪ ਦੇਖ ਰਹੇ ਹੈ ਸਿਟੀ ਹਲਚਲ, ਮੈਂ ਹੂੰ ਆਪਕੇ ਸਾਥ ਅਸ਼ੋਕ ਚੋਪੜਾ। ਦ ਨੰਗਲ ਕੋਆਪਰੇਟਿਵ ਟਰੱਕ ਆਪਰੇਟਰ ਗੁਡਸ ਕੈਰੀਅਰ ਟਰਾਂਸਪੋਰਟ ਸੋਸਾਇਟੀ ਕੀ ਓਰ ਸੇ ਖੇਤਰ ਔਰ ਖੇਤਰ ਕੀ ਸਮਸਤ ਉਦਯੋਗਿਕ ਇਕਾਈਓ ਕੀ ਸੁਖ ਸਮਰਧਿ ਕੀ ਕਾਮਨਾ ਕੋ ਲੇਕਰ ਨੰਗਲ ਕੀ ਪ੍ਰਮੁੱਖ ਉਦਯੋਗਿਕ ਇਕਾਈ ਪ੍ਰਾਈਮੋ ਕੈਮੀਕਲ ਲਿਮਿਟਡ ਕੇ ਗੇਟ ਕੇ ਸਮਕਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇ ਅਖੰਡ ਪਾਠ ਸਾਹਿਬ ਕੇ ਪਾਠ ਕਾ ਆਯੋਜਨ ਕਰਵਾਇਆ ਗਿਆ ਔਰ ਆਜ ਸ਼੍ਰੀ ਅਖੰਡ ਪਾਠ ਸਾਹਿਬ ਕੇ ਭੋਗ ਡਾਲਨੇ ਕੇ ਉਪਰੰਤ ਢਾਡੀ ਜਥੋਂ ਦੁਆਰਾ ਕੀਰਤਨ ਕਰ ਸੰਗਤੋਂ ਕੋ ਭਗਤੀ ਰਸ ਮੇਂ ਡੁਬਕੀ ਲਗਵਾ। ਤੇ ਨਾਲ ਹੀ ਟੈਂਕਰ ਸੈਕਸ਼ਨ ਦੇ ਮੇਰੇ ਡਰਾਈਵਰ ਵੀਰ, ਮੇਰੇ ਕੰਡਕਟਰ ਵੀਰ, ਮੇਰੇ ਮਾਲਕ ਵੀਰ, ਆਪ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਆਪ ਜੀ ਨੇ ਰਲ ਮਿਲ ਕੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕੀਤਾ, ਜਿੱਥੇ ਗੁਰੂ ਕੀ ਬਾਣੀ ਦੇ ਓਟ ਆਸਰੇ ਲਏ, ਨਾਲ ਗੁਰੂ ਦੇ ਲੰਗਰ ਆਪ ਜੀ ਤੁੱਟ ਵਰਤਾ ਰਹੇ ਹੋ। ਉਹਦੇ ਨਾਲ ਨਾਲ ਆਪ ਜੀ ਨੇ ਆ ਢਾਡੀ ਜਥੇ ਨੂੰ ਮਾਣ ਸਤ ਬਖਸ਼ਣ, ਫਿਰ ਕਦੇ ਸਮਾਂ ਮਿਲਿਆ ਆਪ ਸੰਗਤ ਦੇ ਨਾਲ ਨਵੇਂ ਇਤਿਹਾਸ ਦੀ ਜ਼ਰੂਰ ਸਾਥ ਪਾਵਾਂਗੇ। ਢਾਹਾਂ ਵਾਲੇ ਜਥੇ ਦੀ ਇੱਥੋਂ ਤੱਕ ਦੀ ਹਾਜ਼ਰੀ ਪ੍ਰਵਾਨ ਕਰੋ। ਮੇਰੇ ਬਿਲਕੁਲ ਨਾਲ ਖੜੇ ਨੇ ਮੇਰੇ ਬਹੁਤ ਹੀ ਭੋਜੀ ਮਾਜਰਾ, ਤੇ ਦੂਜੇ ਬੰਨੇ ਢੱਡ ਤੇ ਸਾਥ ਦੇ ਰਹੇ ਨੇ ਇਹਨਾਂ ਦੇ ਛੋਟੇ ਭਰਾ ਭਾਈ ਸੰਦੀਪ ਸਿੰਘ ਜੀ ਭੋਜੀ ਮਾਜਰਾ, ਸਾਡੇ ਸਰੰਗੀ ਮਾਸਟਰ, ਬਹੁਤ ਹੀ ਸਤਿਕਾਰਯੋਗ ਵੀਰ ਗੁਰਦੀਪ ਸਿੰਘ ਜੀ ਗੋਲਡੀ, ਜਿਨ੍ਹਾਂ ਨੇ ਆਪ ਜੀ ਨੂੰ ਸਰੰਗੀ ਦੀਆਂ ਧੁਨਾਂ ਦੇ ਨਾਲ ਨਿਹਾਲ ਕੀਤਾ। ਆਪ ਪ੍ਰਵਾਨ ਕਰਨੀ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹੁਣ ਸਲੋਕ ਪੜਿਆ ਜਾਵੇਗਾ, ਉਸ ਤੋਂ ਬਾਅਦ ਸਮਾਪਤੀ ਦੀ ਅਰਦਾਸ ਗਿਆਨੀ ਜੀ ਕਰਨਗੇ। ਸਾਡੀ ਇੱਥੋਂ ਤੱਕ ਦੀ ਹਾਜ਼ਰੀ ਪ੍ਰਵਾਨ ਕਰਦੇ ਆ ਭਾਈ ਔਰ ਅਰਦਾਸ ਕੇ ਉਪਰੰਤ ਸੰਗਤੋਂ ਮੇਂ ਲੰਗਰ ਵੀ ਵਿਤਰਿਤ ਕੀਤਾ ਗਿਆ। ਰੰਗਤ ਗੁਰਤੇ ਮਤਾ ਸਰਾਮਦਾਸ ਹਰਗੋਬਿੰਦ ਸ੍ਰੀ ਹਰ ਰਾਏ ਸ੍ਰੀ ਹੈ ਜਿਸ ਦਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿੰਘ ਦੇ ਕਰਨੋਂ ਨੇ ਦਾਵੇ ਭਾਈ ਸਾਹਿਬ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਉਹਨਾਂ ਦੀ ਸਹਾਇ ਦਸਵਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਸ ਦਾ ਧਿਆਨ ਕਰਕੇ ਬੋਲੋ ਜੀ। ਇਸ ਮੌਕੇ ਪਰ ਗਣਮਾਨਯ ਅਤਿਥੀਓ ਕੋ ਸਨਮਾਨਿਤ ਵੀ ਕੀਤਾ ਗਿਆ। ਬੋਲੇ ਸੋ ਨਿਹਾਲ
ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਹੁਣ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ, ਸਾਡੇ ਵਿਚਕਾਰ ਸਾਡੇ ਪ੍ਰਧਾਨ ਜੀ ਹੈ, ਬੋਲੇ ਸੋ ਨਿਹਾਲ। ਇਸ ਮੌਕੇ ਪਰ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਕੇ ਚੇਅਰਮੈਨ ਡਾਕਟਰ ਸੰਜੀਵ ਗੌਤਮ, ਟਰੱਕ ਯੂਨੀਅਨ ਨੰਗਲ ਕੇ ਅਧਿਕਸ਼ ਰੋਹਿਤ ਕਾਲੀਆ, ਪ੍ਰਾਈਮੋ ਕੈਮੀਕਲ ਕੇ ਅਧਿਕਾਰੀ ਕਰਮਚਾਰੀਓ ਕੇ ਅਲਾਵਾ ਟਰੱਕ ਯੂਨੀਅਨ ਕੇ ਸਦਸਯ ਔਰ ਚਾਲਕ ਪਰਿਚਾਲਕ ਵੀ ਉਪਸਥਿਤ ਰਹੇ। ਇਸ ਮੌਕੇ ਪਰ ਕਿਆ ਕਹਾ ਡਾਕਟਰ ਸੰਜੀਵ ਗੌਤਮ ਨੇ, ਪਹਿਲੇ ਜੇ ਸੁਣੇ। ਸਰ, ਹਰ ਸਾਲ ਦੀ ਤਰ੍ਹਾਂ ਪ੍ਰਾਈਮੋ ਕੰਪਨੀ, ਜਿਹਨੂੰ ਪਹਿਲੇ PACL ਕਹਿੰਦੇ ਸੀ, ਉਹਨਾਂ ਦੇ ਨਾਲ ਮਿਲ ਕੇ ਟਰੱਕ ਯੂਨੀਅਨ ਦਾ ਇੱਕ ਟੈਂਕਰ ਸੈਕਸ਼ਨ ਹੈ, ਉਹਨਾਂ ਦੇ ਨਾਲ ਮਿਲ ਕੇ ਅਤੇ ਬਾਡੀ ਸੈਕਸ਼ਨ ਦੇ ਨਾਲ ਇੱਥੇ ਇੱਕ ਹਰ ਸਾਲ ਦੀ ਤਰ੍ਹਾਂ ਇਹ ਗੁਰੂ ਚਰਨਾਂ ਦੇ ਵਿੱਚ ਆਪਣੀ ਬੇਨਤੀ ਕਰਦੇ ਨੇ, ਫਰਿਆਦ ਕਰਦੇ ਨੇ ਕਿ ਪਰਮਾਤਮਾ ਫੈਕਟਰੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਪ੍ਰਾਈਮੋ ਚੜ੍ਹਦੀ ਕਲਾ ਦੇ ਵਿੱਚ ਰਹੇ, ਜਿਹਦੇ ਨਾਲ ਇਹ ਫੈਕਟਰੀਆਂ ਚੱਲਦੀਆਂ ਰਹਿਣਗੀਆਂ ਤਾਂ ਜਿਹੜਾ ਟਰੱਕ ਹੈ ਉਹ ਵੀ ਸੜਕਾਂ 'ਤੇ ਚੱਲਦਾ ਰਹੇਗਾ। ਟਰੱਕ ਚੱਲਣ ਦੇ ਨਾਲ ਟਰੱਕ ਦਾ ਮਾਲਕ, ਟਰੱਕ ਦਾ ਡਰਾਈਵਰ, ਕਲੀਨਰ, ਢਾਬੇ ਵਾਲੇ ਸਾਰੇ ਲੋਕ ਜਿਹੜੇ ਆ ਉਹ ਇਸ ਧਰਤੀ ਪਰ ਆ ਕਰਕੇ ਮਿਹਨਤ ਕਸ਼ ਲੋਕ ਜਿਹੜੇ ਆ ਉਹ 4 ਪੈਸੇ ਕਮਾ ਪਾਉਂਦੇ ਨੇ ਅਤੇ ਆਪਣੇ ਪਰਿਵਾਰ ਨੂੰ ਪਾ ਪਾਉਂਦੇ ਨੇ। ਅੱਜ ਸਾਰੇ ਲੋਕਾਂ ਨੇ ਗੁਰੂ ਚਰਨਾਂ ਦੇ ਵਿੱਚ ਆ ਕੇ ਬੇਨਤੀ ਇਹੀ ਕੀਤੀ ਕਿ ਸਾਡਾ ਜਿਹੜਾ ਕੰਮ ਹੈ ਫੈਕਟਰੀ ਦਾ ਵੀ ਅਤੇ ਸਾਡੀ ਯੂਨੀਅਨ ਦਾ ਜਿਹੜਾ ਕੰਮ ਹੈ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤਾਂ ਜੋ ਸਾਡੇ ਜਿਹੜੇ ਇਸ ਧਰਤੀ ਪਰ ਆਉਣ ਦੇ ਨਾਲ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਸੋ ਬੜਾ ਅੱਛਾ ਉਪਰਾਲਾ ਸੀ, ਲੋਕਾਂ ਨੇ ਸਾਰਾ ਇੱਥੇ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਏ ਅਤੇ ਹੁਣ ਜਿਹੜਾ ਭੰਡਾਰਾ ਹੈ, ਲੰਗਰ ਹੈ, ਇਹ ਅਤੁੱਟ ਵਰਤ ਰਿਹਾ। ਸੋ ਲੋਕ ਸਾਰੇ ਇਸ ਚੀਜ਼ ਦਾ ਆਨੰਦ ਮਾਣ ਰਹੇ। ਸੋ ਮੇਰੇ ਵੱਲੋਂ ਅਤੇ ਮੇਰੀ ਪਾਰਟੀ ਵੱਲੋਂ ਸਾਰੇ ਟਰੱਕ ਡਰਾਈਵਰ ਮਾਲਕ ਅਤੇ ਪ੍ਰਾਈਮੋ ਕੰਪਨੀ ਨੂੰ ਅੱਜ ਦੀ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਧੰਨਵਾਦ। ਇਸ ਮੌਕੇ ਪਰ ਕਿਆ ਕਹਾ ਟਰੱਕ ਯੂਨੀਅਨ ਨੰਗਲ ਕੇ ਅਧਿਕਸ਼ ਰੋਹਿਤ ਕਾਲੀਆ ਨੇ, ਜੇ ਵੀ ਸੁਣੇ। ਦੱਸੋ ਅੱਜ ਕਿਆ ਪ੍ਰੋਗਰਾਮ ਸੀ, ਵਿਸਤਾਰ ਨਾਲ ਜਾਣਕਾਰੀ ਦਿਓ। ਸਰ, ਇਹ ਹਰ ਸਾਲ ਦੀ ਤਰ੍ਹਾਂ ਸਾਡੀ ਟਰੱਕ ਯੂਨੀਅਨ ਦੀ ਖੁਸ਼ਹਾਲੀ ਲਈ, ਜਿੰਨੀ ਵੀ ਸਾਡੇ ਨੰਗਲ ਹਲਕੇ 'ਚ ਇੰਡਸਟਰੀ ਹੈ ਉਹਨਾਂ ਦੀ ਖੁਸ਼ਹਾਲੀ ਲਈ ਇਹ ਹਰ ਸਾਲ ਗੁਰੂ ਸਾਹਿਬ ਦਾ ਅਖੰਡ ਪਾਠ ਇੱਥੇ ਰੱਖਿਆ ਜਾਂਦਾ ਹੈ। 20 ਤਰੀਕ ਨੂੰ ਅਖੰਡ ਪਾਠ ਦਾ ਆਰੰਭ ਕੀਤਾ ਸੀਗਾ ਅਤੇ ਅੱਜ ਇਹਨਾਂ ਦੇ ਭੋਗ ਪਾਏ ਗਏ ਹੈ। ਪਰਮਾਤਮਾ ਅੱਗੇ ਅਰਦਾਸ ਹੈ, ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਇੰਨੀ ਕਿਰਪਾ ਕਰਿਓ ਸਾਰੀ ਇੰਡਸਟਰੀ 'ਤੇ, ਇੰਨੀ ਕਿਰਪਾ ਕਰਿਓ ਕਿ ਇਹਨਾਂ ਦਾ ਦਿਨ ਰਾਤ ਚੌਗਣੀ ਤਰੱਕੀ ਹੋਵੇ, ਇੰਡਸਟਰੀ ਇੰਨੀ ਵੱਧਦੀ ਫੁੱਲਦੀ ਜਾਵੇ, ਕਿਉਂਕਿ ਸਾਰਾ ਕੁਛ ਹੀ ਸਾਡਾ ਵੀ ਇਹਨਾਂ ਨਾਲ ਹੀ ਰੁਜ਼ਗਾਰ ਜੁੜਿਆ ਹੋਇਆ ਹੈ। ਜਿਵੇਂ ਜਿਵੇਂ ਇੰਡਸਟਰੀ ਅੱਗੇ ਜਾਊਗੀ ਉਵੇਂ ਉਵੇਂ ਸਾਡੀ ਯੂਨੀਅਨ ਵੀ ਅੱਗੇ ਜਾਊਗੀ। ਇਸੀ ਅਰਦਾਸ ਕਰਕੇ ਇਹ ਖੁਸ਼ੀਆਂ ਭਰਿਆ ਦਿਨ ਅਸੀਂ ਹਰ ਸਾਲ ਰੱਖਦੇ ਹੈ ਤਾਂ ਕਿ ਸਾਡੀ ਜਿੰਨੀ ਵੀ ਇੰਡਸਟਰੀ ਹੈ ਸਾਰੀ ਦਿਨ ਰਾਤ ਚੌਗਣੀ ਤਰੱਕੀ ਕਰੇ, ਇਸ ਕਰਕੇ ਕੀਤਾ ਸੀ ਅਸੀਂ ਅਤੇ ਅੱਜ ਇਹਨਾਂ ਦੇ ਭੋਗ ਪਾਏ ਗਏ ਹੈ ਅਤੇ ਬਹੁਤ ਬਹੁਤ ਮੁਬਾਰਕਾਂ। ਅਤੇ ਨਾਲ ਹੀ ਵਾਹਿਗੁਰੂ ਜੀ ਦਾ ਲੰਗਰ ਅਤੁੱਟ ਵਰਸੇਗਾ, ਪਿਛਲੇ 2 ਦਿਨ ਤੋਂ ਲੰਗਰ ਰੋਜ਼ ਲੱਗ ਰਿਹਾ ਹੈ। ਅੱਜ ਹੀ ਮੇਰੀ ਬੇਨਤੀ ਹੈ, ਅਸੀਂ ਸਾਰਿਆਂ ਨੂੰ ਕਿਹਾ ਹੈ ਆਲੇ ਦੁਆਲੇ ਜਿੰਨੇ ਵੀ ਲੋਕ ਹੈ ਸਾਰੇ ਅੱਜ ਵਾਹਿਗੁਰੂ ਜੀ ਦਾ ਲੰਗਰ ਖਾ ਕੇ ਜਾਓ ਤਾਂ ਕਿ ਸਾਡੇ ਵੀ ਭਾਗ ਲੱਗਣ, ਅੱਗੇ ਪਰਮਾਤਮਾ ਸਾਰਿਆਂ ਦਾ ਭਲਾ। ਬਹੁਤ ਬਹੁਤ ਧੰਨਵਾਦ। ਅਰਦਾਸ ਇੱਕੋ ਓਂਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਫਤਿਹ, ਦਸਵੀਂ ਦਸਮ ਭਗਵਤੀ ਸੰਗ ਸਹਿ ਪ੍ਰਮਾਨ ਸਿੰਘ ਜਾਏ, ਤਿਰੰਗਤ ਗੁੱਤੇ ਮਤਾ ਸਰਾਮਦਾਸ ਹੰਸਾਏ, ਅਤੇ ਨਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਇ ਸ੍ਰੀ ਜੈ ਜੈ ਹੈ, ਜਿਸ ਦਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿੰਘ ਦੇ ਕਰ ਲਾਉਣੇ ਦਾਸ ਭਾਏ ਸਭ ਜੀ ਸਹਾਏ, ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਹੋਣਾ ਜੀ ਸਹਾਏ, ਦਸਵਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਧਿਆਨ ਕਰਕੇ ਬੋਲੋ ਜੀ।
सिटी हलचल के लिए नंगल से करण चोपड़ा के साथ अशोक चोपड़ा की रिपोर्ट। अभी के लिए बस इतना ही, मुझे दे इजाजत, आप देखते रहे सिटी हलचल। सैनी इलेक्ट्रॉनिक नंगल श्री अनंतपुर साहेब मुख्य मार्ग गांव ब्रह्मपुर, यहां आपको मिलेंगे एलजी और सैमसंग कंपनी के फ्रिज, एलसीडी, वॉशिंग मशीन, मोबाइल सहित अन्य इलेक्ट्रॉनिक सामान के अलावा सलीप बेल के गद्दे और क्रॉकरी का सामान भी, वह भी नए नए डिजाइनों और बाजार से सस्ते दाम पर। तो देर किस बात की है, जल्द पहुंचे सैनी इलेक्ट्रॉनिक गांव ब्रह्मपुर। हमारा फोन नंबर है 9876972127। चोपड़ा सिलाई मशीन एंड कॉस्मेटिक अड्डा मार्केट नंगल, यहां आपको मिलेगा कॉस्मेटिक का हर वो सामान जो ब्यूटी पार्लर, सैलून व महिलाओं के प्रतिदिन प्रयोग में आता है। यही नहीं, इसके अलावा सैलून की कुर्सियां, सोफा, दुल्हनों के लिए फैंसी चूड़ा, नेल आर्ट, आर्टिफिशियल ज्वेलरी, हेयर एक्सेसरी व सेंट इत्यादि बाजार से सस्ते व थोक दाम पर मिलते हैं। एक बार जरूर सेवा का मौका दें। हमारा फोन नंबर है 9815482433, दूसरा 9878888858। चोपड़ा सेविंग मशीन एंड कॉस्मेटिक्स, हमारे यहाँ पर सलून का सभी सामान मिलता है। हमारा पता, शॉप नंबर 16, अड्डा मार्केट, नंगल टाउनशिप, डिस्ट्रिक्ट रूपनगर। मोबाइल नंबर 9815482433, 9878888858। क्या आप नजर अथवा धूप से बचने वाले चश्मे लगवाने की सोच रहे हैं, वो भी ब्रांडेड और बाजार से सस्ते दामों पर? तो सोच क्या रहे हैं, जल्द पहुंचे वशिष्ठ ऑप्टिकल नंगल संतोषगढ़, मुख्य मार्ग आजौली मोड़। यहां आपकी नजर ऑटोमेटिक मशीनों से जांच करने के उपरांत आपके चेहरे के हिसाब से चश्मा लगाया जाता है, वो भी चंद मिनटों में। और हाँ, नजर चेक करने की कोई फीस भी वसूल नहीं की जाती।
हमारा फोन नंबर है 9915584190। तो जरूर एक बार सेवा का मौका दें।